ਮੈਨੇਜਰ ਸਰਦਾਰ ਦਲਜੀਤ ਸਿੰਘ ਜੀ ਸਾਡੇ ਮੈਂਟਰ ਸਾਡੇ ਗੁਰੂ ਸਾਡੇ ਸਾਨੂੰ ਨਹੀਂ ਮਿਲਦੇ ਤੇ ਅੱਜ ਅਸੀਂ ਇੱਥੇ ਸਟੇਜ ਤੇ ਨਾ ਖੜੇ ਹੁੰਦੇ ਤਾਂ ਇਹਨਾਂ ਹਮਾਰੀ ਜ਼ਿੰਦਗੀ ਕੋ ਇਸ ਤਰੀਕੇ ਸੇ ਬਦਲਾ ਹੈ ਕਿ ਅੱਜ ਮੈਂ ਆਪਕੋ ਬਤਾ ਨਹੀਂ ਸਕਤੀ ਅੱਜ ਮੇਰੀ ਜ਼ਿੰਦਗੀ 180 ਡਿਗਰੀ ਤੱਕ ਬਦਲ ਚੁੱਕੀ ਹੈ ਇੱਕ ਸਿੰਪਲ ਸੀ ਹਾਊਸ ਵਾਈਫ ਸੀ ਬਿਜ਼ਨਸ ਕੀ ਕੋਈ ਜਾਣਕਾਰੀ ਨਹੀਂ ਸੀ ਲੇਕਿਨ ਮੈਨੇ ਕਭੀ ਹੌਸਲਾ ਨਹੀਂ ਛੋੜਾ ਕਾਮਯਾਬੀ ਚਾਹਤੀ ਥੀ ਔਰ ਅੱਜ ਮੁਝੇ ਲਗਤਾ ਹੈ ਕਿ ਸ਼ਾਇਦ ਮੁਝੇ ਜੋ ਮੈਂ ਚਾਹਤੀ ਥੀ ਉਸਕੇ ਬਹੁਤ ਬਹੁਤ ਕਰੀਬ ਆ ਚੁੱਕੀ ਔਰ ਇੱਕ ਬਾਤ ਪਹਿਲੇ ਮੇਰੇ ਮਨ ਮੇ ਆਤੀ ਹੈ ਪਹਿਲੇ ਮੈਂ ਵੋ ਕਹਿ ਦੂੰ ਰੱਖ ਹੌਸਲਾ ਵੋ ਮੰਜਰ ਵੀ ਆਏਗਾ ਪਿਆਸੇ ਕੇ ਪਾਸ ਚੱਲ ਕਰ ਕੁਆਂ ਵੀ ਆਏਗਾ ਨਾ ਥੱਕ ਕਰ ਬੈਠ ਉਹ ਮੰਜ਼ਿਲ ਕੇ ਮੁਸਾਫਿਰ ਤੁਝੇ ਮੰਜ਼ਿਲ ਵੀ ਮਿਲੇਗੀ ਔਰ ਮੰਜ਼ਿਲ ਮਿਲੇ ਕਾ ਮਜ਼ਾ ਵੀ ਆਏਗਾ ਪਰਮਾਤਮਾ ਨੇ ਮੁਝੇ ਇੱਕ ਐਸੇ ਜੀਵਨ ਸਾਥੀ ਸੇ ਮਿਲਾਇਆ ਜਿਸਕੇ ਸਪਨੇ ਮੇਰੇ ਸਪਨੇ ਸੇ ਬਿਲਕੁਲ ਮਿਲਤੇ ਥੇ ਤੋ ਅਗਰ ਅੱਜ ਮੈਂ ਇਸ ਬਿਜ਼ਨਸ ਮੇ ਕਾਮਯਾਬ ਹੂੰ ਤੋ ਇਸਕੇ ਲਈ ਮੇਰੇ ਹਸਬੈਂਡ ਇਸ ਬਾਤ ਕੇ ਲਈ ਹੱਕਦਾਰ ਹੈ ਕਿ ਇਹਨਾਂ ਨੇ ਮੁਝੇ ਬੈਸਟੀ ਕੋ ਜੁਆਇਨ ਕਰਾਇਆ ਕਿਉਂਕਿ ਯਹੀ ਮੁਝਸੇ ਕਹਿਤੇ ਥੇ ਕਿ ਬੈਸਟੀ ਮੇ ਇਸ ਬਿਜ਼ਨਸ ਮੇ ਬਹੁਤ ਪੈਸੇ ਹੈ ਜਬਕਿ ਮੁਝੇ ਨੈਟਵਰਕ ਮਾਰਕੀਟਿੰਗ ਕੀ ਕੋਈ ਜਾਣਕਾਰੀ ਨਹੀਂ ਥੀ ਸਿੰਪਲ ਸੀ ਹਾਊਸ ਵਾਈਫ ਥੀ ਮੁਝੇ ਨਹੀਂ ਮਾਲੂਮ ਥਾ ਕਿ ਨੈਟਵਰਕ ਮਾਰਕੀਟਿੰਗ ਵੀ ਕੋਈ ਚੀਜ਼ ਹੋਤੀ ਹੈ ਔਰ ਯਹਾਂ ਸੇ ਲੱਖ ਰੁਪਇਆ ਵੀ ਕਮਾਇਆ ਜਾ ਸਕਤਾ ਹੈ ਔਰ ਇਨਕੇ ਵਿਸ਼ਵਾਸ ਕੇ ਸਾਥ ਮੈਂ ਚਲੀ ਔਰ ਅੱਜ ਮੁਝੇ ਵੀ ਵਿਸ਼ਵਾਸ ਹੋ ਗਿਆ ਕਿ ਵਾਕਈ ਨੈਟਵਰਕ ਮਾਰਕੀਟਿੰਗ ਮੇ ਆਕਰ ਵੈਸਟੀਜ ਮੇ ਆਕਰ ਮੇਰੀ ਜ਼ਿੰਦਗੀ ਬਦਲ ਚੁੱਕੀ ਹੈ ਔਰ ਬੜੀ ਸਿੰਪਲ ਸੀ ਲਾਈਫ ਸੀ ਮੇਰੀ ਸਿੰਪਲ ਸੀ ਇੱਕ ਕਿਆ ਕਹਿੰਦੇ ਗਾਉਂ ਕੀ ਸਿੰਪਲ ਸੀ ਲੇਡੀਜ਼ ਥੀ ਔਰ ਅੱਜ ਅਗਰ ਅੱਜ ਮੈਂ ਆਪਕੇ ਸਾਹਮਣੇ ਖੜੀ ਹੂੰ ਇੱਕ ਲੇਡੀ ਲੀਡਰ ਕੇ ਤੌਰ ਪਰ ਪਹਿਲੇ ਕਿਹਾ ਸੀ ਇੱਕ ਸਿੰਪਲ ਸੀ ਹਾਊਸ ਵਾਈਫ ਥੀ ਅੱਜ ਮੈਂ ਆਪਣੇ ਆਪ ਕੋ ਹਾਊਸ ਵਾਈਫ ਨਹੀਂ ਕਹਿਤੀ ਹੂੰ ਅੱਜ ਮੁਝੇ ਰੋਟੀ ਪਕਾਨੇ ਮੇਂ ਉਤਨਾ ਮਜ਼ਾ ਨਹੀਂ ਆਤਾ ਜਿਤਨਾ ਪਲਾਨ ਦਿਖਾਨੇ ਮੇਂ ਫੋਲੋ ਕੀਆ ਔਰ ਅੱਜ ਮੁਝੇ ਲਗਤਾ ਹੈ ਕਿ ਮੈਂ ਜਿਸ ਰਾਸਤੇ ਪਰ ਚੱਲ ਰਹੀ ਹੂੰ ਕਾਮਯਾਬੀ ਬਹੁਤ ਜਲਦੀ ਮੁਝੇ ਮਿਲੇਗੀ ਔਰ ਯਹੀ ਮੈਂ ਆਪਣੀ ਟੀਮ ਸੇ ਵੀ ਕਹੂੰਗੀ ਮੇਰੀ ਟੀਮ ਬਹੁਤ ਹੀ ਪਿਆਰੀ ਮੇਰੀ ਟੀਮ ਹੈ ਔਰ ਜੋ ਕਿ ਅੱਜ ਮੇਰੇ ਸਾਥ ਆਈ ਹੈ ਉਸਕੇ ਸਪੋਰਟ ਕੇ ਸਾਥ ਕਾਰਨ ਹੀ ਅੱਜ ਮੈਂ ਡਾਇਮੰਡ ਡਾਇਰੈਕਟਰ ਹੂੰ ਔਰ ਮੈਂ ਚਾਹੂੰਗੀ ਕਿ ਮੈਂ ਜਲਦੀ ਸੇ ਜਲਦੀ ਆਪਣੀ ਟੀਮ ਮੇਂ ਡਾਇਰੈਕਟਰ ਗੋਲ ਡਾਇਰੈਕਟਰ ਔਰ ਸਟਾਰ ਡਾਇਰੈਕਟਰ ਬਣਾਊਂ ਔਰ ਤਕਰੀਬਨ ਦਿਸੰਬਰ ਤੱਕ ਮੇਰੀ ਟੀਮ ਮੇਂ 5 ਕਾਰੇ ਆਏਗੀ ਔਰ ਮੇਰੀ ਟੀਮ ਮੇਂ 5 ਸਟਾਰ ਡਾਇਰੈਕਟਰ ਹੋਗੇ ਆਪਣੀ ਕਾਰ ਕੇ ਸਾਥ ਔਰ ਕਿਉਂਕਿ ਮੁਝੇ ਆਪਣਾ 1 ਲੱਖ ਕਾ ਚੈੱਕ ਲੈਣਾ ਹੈ 1 ਲੱਖ ਪਲੱਸ ਕਾ ਚੈੱਕ ਲੈਣਾ ਹੈ ਅਗਰ ਮੁਝੇ ਆਪਣਾ 1 ਲੱਖ ਪਲੱਸ ਕਾ ਚੈੱਕ ਲੈਣਾ ਹੈ ਤੋ ਮੈਂ ਆਪਣੀ ਟੀਮ ਮੇਂ ਜਬ ਤੱਕ ਗੋਲ ਡਾਇਰੈਕਟਰ ਸਟਾਰ ਡਾਇਰੈਕਟਰ ਨਹੀਂ ਬਣਾਉਂਗੀ ਤਬ ਤੱਕ ਮੇਰਾ ਖੁਦ ਕਾ ਚੈੱਕ 1 ਲੱਖ ਪਲੱਸ ਕਭੀ ਨਹੀਂ ਹੋ ਸਕਦਾ ਤੋ ਉਨਕੀ ਕਾਮਯਾਬੀ ਕੇ ਸਾਥ ਹੀ ਮੇਰੀ ਕਾਮਯਾਬੀ ਹੈ ਔਰ ਅੱਜ ਮੈਂ ਆਪਣੀ ਟੀਮ ਸੇ ਔਰ ਸਭੀ ਸੇ ਯਹੀ ਕਹਿਣਾ ਚਾਹੂੰਗੀ ਕਿ ਅਗਰ ਆਪਕੇ ਸਪਨੇ ਬੜੇ ਹੈ ਆਪ ਆਪਣੇ ਸਪਨੋ ਕੇ ਲਈ ਕਾਮ ਕਰਤੇ ਹੈ ਆਪਣੇ ਸਪਨੋ ਕੋ ਫੋਕਸ ਕਰਕੇ ਕਾਮ ਕਰਤੇ ਹੈ ਤੋ ਕੁਛ ਵੀ ਮੁਸ਼ਕਿਲ ਨਹੀਂ ਹੈ ਵੋ ਸਭ ਮਿਲ ਸਕਤਾ ਹੈ ਆਪਕੋ ਜੋ ਆਪਨੇ ਕਭੀ ਸੋਚਾ ਥਾ ਔਰ ਆਪਕੋ ਜ਼ਿੰਦਗੀ ਮੇਂ ਪਹਿਲੇ ਕਭੀ ਨਹੀਂ ਮਿਲਾ ਥਾ ਅਗਰ ਆਪਨੇ ਵੈਸਟੀਜ ਕੋ ਜੁਆਇਨ ਕੀਆ ਹੈ ਔਰ ਸ਼ਿੱਦਤ ਸੇ ਵੈਸਟੀਜ ਕੋ ਕਰ ਰਹੇ ਹੋ ਤੋ ਕੋਈ ਆਪਕੇ ਸਪਨੋ ਕੋ ਤੋੜ ਨਹੀਂ ਸਕਤਾ ਹਰ ਵੋ ਸਪਨਾ ਆਪਕਾ ਪੂਰਾ ਹੋ ਸੋਚਨੇ ਕੀ ਹਿੰਮਤ ਤੋ ਕਰੋ
तो मैंने भी सोचा है, मेरा भी एक ड्रीम है जो मैं आज पहली बार आपके सभी से शेयर करना चाहती हूँ। 2022 दिसंबर को मैं अपने नाम एक गाड़ी करना चाहती हूँ जिसका नाम है जैगवार। जैगवार लेकर आऊंगी तो मैं एक खास इंसान का बहुत धन्यवाद करना चाहूंगी और उसका नाम भी मैं उस दिन बताऊंगी जिस दिन मैं जैगवार लेके आऊंगी। थैंक यू, विश यू वेल। बस इतना ही कहना चाहूंगा।